ਹਸਨ ਨਾ ਵੇ ਡੁੱਬ ਗਿਆ ਉਹ ਜਿਹੜੇ ਲੈ ਮੈਂ ਡਿੱਠੇ ਨਾ ਹਸਨ ਨੂੰ ਤਾਂ ਤਰਾ ਖੜਾਈ ਹਸਨ ਡੇ ਸਾਰਾ ਸ਼ਾਬਾਸ਼ ਸ਼ਾਬਾਸ਼ ਕੀ ਹੋਏ ਉਈ ਲੱਗ ਪਈ ਤੈਨੂੰ ਤੋਂ ਮੱਥੇ ਦੇ ਵਿੱਚ ਉਹਨੂੰ ਪੈ ਗਈ ਚੋਰ ਚੰਗਾ ਸਾਰਾ ਵੈਸ ਨੂੰ ਭੇਜਿਆ ਮੈਂ ਕਿਹਾ ਬੰਨ ਕੇ ਨਾ ਇਹਦੀ ਜਾਂ ਪੱਟੀ ਕਰਾ ਵਾ ਇੱਥੇ ਟੰਗ ਕਰ ਅਸਲਾਮ ਅਲੈਕੁਮ ਤੁਸਾਂ ਦੇ ਪਏ ਯੂਟਿਊਬ ਚੈਨਲ ਮਹਿਤਲਾ ਵਲੌਗ ਅਫੀਸ਼ੀਅਲ ਤੇ ਮੇਰਾ ਨਾਮ ਅਮਲੇ ਕੁਮਰ ਯਾਰ ਉਮੀਦ ਕਰੇ ਨਾ ਸਾਰੇ ਦੋਸਤ ਖੈਰ ਖਰੀਅਤ ਨਾਲ ਹੋਸੋ ਠੀਕ ਹੋਸੋ ਖੁਸ਼ ਹੋਸੋ ਆਬਾਦ ਹੋਸੋ ਅੱਜ ਦਾ ਮਜ਼ੇਦਾਰ ਵਲੌਗ ਸ਼ੁਰੂ ਕਰੇ ਨੇ ਪਏ ਆਪਣੇ ਘਰ ਤੋਂ ਅੱਜ ਖੜੇ ਆਪਣੇ ਵੱਡੇ ਘਰ ਇਹ ਵਧੇ ਨਾ ਆਪਣੇ ਬਾਲ ਸ਼ਹਿਜ਼ਾਦੇ ਅਤੇ ਇਹ ਵਧੇ ਆਪਣਾ ਛੋਟਾ ਯੂਟਿਊਬਰ ਮਲੇ ਸਾਹਿਬ ਉੱਤੇ ਮੂੰਹ ਕਰੋ ਇਹ ਆਪਣਾ ਛੋਟਾ ਯੂਟਿਊਬਰ ਹੈ ਅਤੇ ਅੱਜ ਦਾ ਜਣਾ ਤੁਹਾਨੂੰ ਅਸਾਂ ਆਪਣੇ ਘਰ ਦਾ ਸਵੀਮਿੰਗ ਪੂਲ ਦਿਖਿਆ ਨੇ ਦੋਸਤਾਂ ਨੂੰ ਅਤੇ ਅੱਜ ਟੂਵੈਲ ਚਲਾਉਂਦੇ ਪਏ ਜ਼ਰੀ ਦਾਣੇ ਇੰਜੋਏ ਕਰਨ ਨੇ ਗਰਮੀ ਬੜੀ ਆਈ ਅਤੇ ਇਤਨੀ ਗਰਮੀ ਆਈ ਬਈ ਅੰਦਾਜ਼ਾ ਕੋਈ ਨਹੀਂ ਤੇਰੀ ਥੋੜ੍ਹਾ ਜਿਹਾ ਠੱਡਾ ਟਾਈਮ ਹੋਇਆ ਅਤੇ ਮੈਂ ਕਿਹਾ ਚਲੋ ਅੱਜ ਆਪਣੇ ਵਲੌਗ ਦੇ ਵਿੱਚ ਆਪਣੇ ਦੋਸਤਾਂ ਨੂੰ ਨਾ ਟੂਵੈਲ ਦੀ ਪਹਿਲੇ ਨੰਬਰ 'ਤੇ ਸਫਾਈ ਕਰੇ ਨੇ ਚਲਾ ਕੇ ਖਾਦੇ ਸ਼ਾਦੇ ਦੀ ਉਸ ਤੋਂ ਬਾਅਦ ਜਿਹੜਾ ਨਾ ਵੱਲ ਦਾਵਣ ਦੀ ਤਿਆਰੀ ਕਰੇ ਨੇ ਅਲਹਮਦੁਲਿਲਾ ਜਿਹੜਾ ਨਾ ਇਹ ਪੈਨਲ ਟੂਵੈਲ ਆਪਣੀ ਦਾ ਇਹ ਕਹਿ ਤਰੋੜ ਹੈ ਭਾਈ ਇਹ ਦੱਸੋ ਪਹਿਲੇ ਮੈਨੂੰ ਅੱਜ ਪਤਾ ਹੀ ਕੋਈ ਨਹੀਂ ਸ਼ਾਬਾਸ਼ ਇਹ ਕਿਹੜਾ ਕੰਮ ਕਰ ਖੜਾ ਹੈ ਵੀਰ ਮੈਂ ਬੜੇ ਅਰਸੇ ਬਾਅਦ ਆਇਆ ਖੜਾ ਟੂਵੈਲ ਦਾ ਬਟਨ ਸੱਟਣ ਬਿਸਮਿਲਾ ਟੂਵੈਲ ਦਾ ਬਟਨ ਸਾਡੀ ਤਾਂ ਅਲਹਮਦੁਲਿਲਾ ਅਤੇ ਅੱਜ ਜਿਹੜਾ ਨਾ ਬੜਾ ਹੀ ਮਜ਼ਾ ਸੀ ਇਨਸ਼ਾਅੱਲਾ ਇਹ ਜਿਹੜਾ ਮੇਰੇ ਕੋਲ ਸਫਾਈ ਕਰਵਾਉਣਾ ਪਹਿਲੇ ਅੰਦਰੋਂ ਖਾਦੇ ਦੀ ਮਨ ਉਹ ਪਹਿਲੇ ਚੌਕੀ ਚਾਓ ਮਾਤੇ ਵਿੱਚ ਵਾੜ ਬਾਈ ਕਹਿੰਦੇ ਟੂਵੈਲ ਚਲਾ ਲਿੱਤੀ ਅਤੇ ਵੀਰ ਹੁਣ ਤੁਹਾਨੂੰ ਉਸ ਵੇਲੇ ਦਿਖਿਆ ਸੂੰ ਜਿਹੜੇ ਖਾਦਾ ਬਰੀਜ ਹੋਇਆ ਸੀ ਊਂ ਤੂੰ ਪਹਿਲੇ ਪਹਿਲੇ ਵਿੱਚ ਤੁਹਾਨੂੰ ਸ਼ਾਰਟ ਦਿਖਿਆ ਸੂੰ ਅੱਜ ਮਜ਼ਾ ਬੜਾ ਸੀ ਇਨਸ਼ਾਅੱਲਾ ਮੈਂ ਇਹਦੀ ਦਰੀ ਵਿੱਚ ਸਫਾਈ ਕਰਵਾ ਲਵਾਂ ਬਾਲਾਂ ਕੋਲ ਲਾ ਕੇ ਆਹ ਬਾਈ ਵਿੱਚ ਵੜ ਜੈਨ ਉਹ ਵੀ ਤੂੰ ਸਿੱਲਾਂ ਵਗੈਰਾ ਚਾਹ ਕੇ ਬਹਿਰ ਸਾਈਡ 'ਤੇ ਰੱਖ ਇਹ ਟੋਟੇ ਚਾਹ ਲੈ ਪੇਰੇ ਨੇ ਲੱਗ ਜਾਣ ਸਾਰੀ ਮਿੰਟ ਲਾ ਸਫਾਈ ਕਰ ਇਹ ਇੱਥੇ ਰੱਖਦਾ ਉਹ ਸਿੱਲਾਂ ਦੇ ਟੋਟੇ ਵੀ ਚਾਹ ਕੇ ਬਹਿਰ ਰੱਖੋ ਇੱਕ ਜ਼ਿਆਦਾ ਇਕੱਠੀਆਂ ਕਰੋ ਸ਼ਾਬਾਸ਼ ਸ਼ਾਬਾਸ਼ ਕੀ ਹੋਇਆ ਉਈ ਲੱਗ ਪਈ ਤੈਨੂੰ ਤੋਂ ਸ਼ਿਟ ਯਾਰ ਉਹਨੂੰ ਜ਼ੈਨ ਦਾ ਫੋਨ ਨਿਕਲ ਆਇਆ ਡੇ ਸਾਰਾ ਉਹਨੂੰ ਸਿਰ ਲੱਗ ਪਈ ਹੈ ਜ਼ੈਨ ਕੋ ਓਏ ਹੋਏ 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 ਹੁਣ ਤੁਹਾਨੂੰ ਦੋਸਤਾਂ ਨੂੰ ਲਿਖਾ ਨਹੀਂ ਸੀਗੀ ਇਹਦਾ ਬਲੱਡ ਡੇ ਸਾਰਾ ਨਿਕਲਦਾ ਪਈ ਹੈ ਓਏ ਹੋਏ 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 ਸਿੱਟ ਯਾਰ ਤੈਂ ਕਿਹੜੀ ਕੀਤੀ ਜ਼ੈਨ ਨੂੰ ਇਹ ਨਹੀਂ ਕਰ ਰਹੀ ਤੂੰ ਕਰ ਉਰਿਆ 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 ਖੈਰ 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 ਕੁਝ ਨਹੀਂ ਜ਼ੈਨ ਦਾ ਬਲੱਡ ਨਿਕਲ ਆਇਆ ਵੀ ਵਾਰ ਜਿਹੜਾ ਨਾ ਸਿੱਲਾਂ ਚਾਹ 'ਤੇ ਰੱਖਦਾ ਖੜਾ ਹੈ ਨਾ ਉਹ ਸਿੱਲ ਛੁੱਟੀ ਸੀ ਨਾ ਸਾਰੀਆਂ ਇਕੱਠੀਆਂ ਕਿਨਾਈ ਚਾਹੀਆਂ ਸੀ ਉਸ ਵਜ੍ਹਾ ਕਰਕੇ ਨਾ ਮੱਥੇ ਦੇ ਵਿੱਚ ਸਿੱਲ ਲੱਗ ਗਈ ਅਤੇ ਸਾਰੀ ਲੱਗ ਗਈ ਹੈ ਅਤੇ ਉਹ ਸਾਰੇ ਬਾਲ ਵੀ ਮੇਰੇ ਪਰੇਸ਼ਾਨ ਹੋ ਗਏ ਜਿਤਨੇ ਵੀ ਇਹ ਖੜੇ ਨੇ ਥੈ ਅਤੇ ਹੁਣ ਮੈਂ ਆਪਣੇ ਦੋਸਤੋਂ ਕੋਈ ਦਿਖਾ ਨਹੀਂ ਸਕੀ ਦਾ ਬਲੱਡ ਜਿਹੜਾ ਨਾ ਤੁਹਾਨੂੰ ਪਤਾ ਵੱਲ ਬਲੱਡ ਦਿਖਾਵਾਂ ਦਾ ਮਤਲਬ ਮਸਲਾ ਆਇਆ ਸੀ ਮੇਰੇ ਵਾਸਤੇ ਨਾ ਉਹ ਇਸ਼ੂ ਬਣਵਾ ਸੀ ਉਸ ਵਜ੍ਹਾ ਕਰਕੇ ਮੈਂ ਉਹਦੇ ਮੱਥੇ 'ਤੇ ਹੱਥ ਰੱਖ ਲਈਏ ਬਾਕੀ ਜੈਮ ਤੁਹਾਨੂੰ ਤੱਲੇ ਦਿਖਾ ਰਹੇ ਨਾ ਮਾਸ਼ਾਅੱਲਾ ਉਂਝ ਮਸਲਾ ਕੋਈ ਨਹੀਂ ਬਲੱਡ ਹੁੰਦਾ ਨਿਕਲਦਾ ਖੜਾ ਹੈ ਲੇਕਿਨ ਈਜ਼ੀ ਹੈ ਮਾਸ਼ਾਅੱਲਾ ਨਾਲ ਅੱਲਾ ਪਾਕ ਜਿਹੜਾ ਨਾ ਖੈਰ ਕਰੇ ਦੁਆ ਕਰਨੀ ਹੈ ਦੋਸਤਾਂ ਨੇ ਵੀ ਜ਼ਿਆਦਾ ਗਹਿਰਾ ਜ਼ਖਮ ਨਾ ਹੋਵੇ ਇਹ ਮੇਰੀ ਮੇਰੀ ਦੀਆਂ ਹੀ ਸਹਿਮ ਗਈਆਂ ਦੇਖ ਲਓ ਜਿਸਦੇ ਉਹਦਾ ਮੂੰਹ ਦੇਖ ਲਓ ਨਿੱਕਾ ਜਿਹਾ ਸੀ ਜੀ ਇਹ ਲੋਕ ਪਕੜੋ ਮੋਬਾਈਲ ਅਤੇ ਵੀਡੀਓ ਰੁਕੇ ਨੇ ਪਏ ਵੀਰ ਥੋੜ੍ਹੀ ਦੇਰ ਬਾਅਦ ਤੁਹਾਨੂੰ ਦਿਖਾ ਰਹੇ ਹਾਂ ਵੀਰ ਸਫਾਈ ਵਗੈਰਾ ਖਾਦੇ ਦੀ ਕਰ ਲਈ ਹੈ ਮਲਿਕ ਜ਼ੈਨ ਕੋ ਨਾ ਸੱਟ ਲੱਗ ਗਈ ਇਸ ਮੱਥੇ ਦੇ ਵਿੱਚ ਉਹਨੂੰ ਪੈ ਗਈ ਚੋਰ ਚੰਗਾ ਸਾਰਾ ਵੈਸ ਨੂੰ ਭੇਜਿਆ ਮੈਂ ਕਿਹਾ ਬੰਨ ਕੇ ਨਾ ਇਹਦੀ ਜਾਂ ਪੱਟੀ ਕਰਾ ਵਾ ਜਾਂ ਇੱਥੇ ਟਾਂਕਾ ਲਵਾ ਵਾ ਉਹ ਵੈਸ ਦਾ ਹੀ ਵੱਗ ਗਈ ਇਹ ਵੱਟੇ ਬਾਲਾਂ ਨੇ ਨਾ ਢੇਰ ਸਾਰੀਆਂ ਸਿੱਲਾਂ ਵਗੈਰਾ ਰੱਖ ਦਿੱਤੀਆਂ ਚਾਹ ਦੇ ਨਿੱਕੇ ਨਿੱਕੇ ਵੱਟੇ ਅਜਣ ਉਹ ਸਨੂਕਰ ਦੇ ਵਿੱਚ ਹੀ ਰੱਖੇ ਨੇ ਸਾਹਮਣੇ ਮੈਂ ਕਿਹਾ ਬਾਲਾਂ ਦੇ ਪੇਰੇ 'ਚ ਨਾ ਲੱਗੇ ਇਹ ਤੱਲੇ ਸਾਰੀ ਸਫਾਈਆਂ ਕੀਤੀਆਂ ਛੋਟਾ ਖਾਦਾ ਭਰੀਜ ਗਈ ਆਈ ਮੈਂ ਆਪ ਜਿਹੜਾ ਨਾ ਵੱਲ ਕਮੀਜ਼ ਵਗੈਰਾ ਲਾ ਕੇ ਸਫਾਈ ਨੂੰ ਲੱਗ ਗਈਆਂ ਮੈਂ ਕਿਹਾ ਚਲੋ ਮਾਹੌਲ ਬਣਾਉਂ ਬੜੇ ਅਰਸੇ ਬਾਅਦ ਦਾਂਦੇ ਪਏ ਅੱਜ ਆਪਣੇ ਸਵੀਮਿੰਗ ਪੂਲ 'ਤੇ ਬਾਲਾਂ ਦੀ ਤਿਆਰੀ ਕਰਾਈਏ
ਤੇ ਇਹ ਮਾਸ਼ਾਅੱਲਾ ਮਾਹੌਲ ਹੈ ਸਾਡਾ ਬਾਹਰ ਦੇ ਦੋਸਤਾਂ ਨੂੰ ਮਾਹੌਲ ਦਿਖਾਉਣੇ। ਪਹਿਲੇ ਨੰਬਰ ਤੇ ਤੁਹਾਨੂੰ ਆਪਣੇ ਅੰਬ ਦਿਖਾਉਂ ਜਿਹੜੇ ਬਿਲਕੁਲ ਜਿਨ੍ਹਾਂ ਦੇ ਨਾਲ ਖੜੇ। ਇਹ ਸਾਡੇ ਅੰਬ ਖੜੇ ਨੇ ਸਿੰਧੜੀ ਦੇ, ਤੇ ਇਹ ਮਾਸ਼ਾਅੱਲਾ ਨਾਲ ਦੇਖ ਸਕਦੇ ਵੇ ਤੁਸੀਂ ਕਿਹੜਾ ਮਾਹੌਲ ਹੈ। ਉਹਦੇ ਗੁੱਛੇ ਵੀ ਤੁਹਾਨੂੰ ਦਿਖਾਉਂ ਵੇ, ਜਿਹੜੇ ਗੁੱਛੇ ਲੱਗੇ ਪੈਂਦੇ ਸਾਹਮਣੇ ਕਿਵੇਂ ਮਲ ਮਾਸ਼ਾਅੱਲਾ ਨਾਲ। ਇਹ ਤਾਰ ਵਗੈਰਾ ਲਵਾਈ, ਸਕਿਉਰਟੀ ਪੂਰੀ ਰੱਖੀ ਹੋਈ ਅਲਹਮਦੁਲਿਲਾ, ਕੋਈ ਮੈਂ ਬਹਿਦੇ ਹੋਏ ਨਹੀਂ ਲੰਘ ਸਕਦਾ। ਇਹ ਵੱਲ ਜਾ ਜਿਹੜਾ ਨਾ ਸਾਰੀ ਰੱਖੀਏ, ਇਹ ਨਾਲ ਇਹ ਅੰਬ ਵੀ ਆਪਣੇ, ਇਹ ਪਿੱਛੂ ਗਾਹ ਸ਼ਾਹ, ਅਤੇ ਇਹ ਜਿਹੜਾ ਨਾ ਗਾਰ ਸ਼ਾਰ ਦਾ ਲੋਕੇਸ਼ਨ ਜਿਵੇਂ ਆਉਂਦੀ ਹੈ ਨਾ, ਉਹ ਗਾਹ ਹੀ ਆਪਣੇ ਸਾਹਮਣੇ ਵਾਲਾ ਜਿਹੜਾ ਜੁਆਰ ਗੱਦੀ ਪਈ ਤਿਆਰ ਹੈ ਹੁਣ ਮਾਸ਼ਾਅੱਲਾ ਨਾਲ। ਅਤੇ ਅੰਬ ਵੀ ਦੇਖ ਸਕਦੇ ਮਾਸ਼ਾਅੱਲਾ ਨਾਲ, ਦੇਸੀ ਹਨ, ਦੇਸੀ ਦੇਸੀ ਜਿਹੜੇ ਕਾਠੇ ਹੁੰਦੇ ਨਾ ਚਾਰੀ, ਇਹ ਕੁਝ ਬੂਟੇ ਉਹਦੇ ਸਾਹਮਣੇ ਉਹਦੇ ਖੜਨ ਥੇ। ਸਾਡਾ ਬਰੀ ਜਿਹੜਾ ਸ਼ੁਰੂ ਹੋ ਗਈ ਹੈ, ਇੱਕ ਲੱਗਸੀ ਵਾਲੀ ਟਾਈਮ ਥੋੜ੍ਹਾ ਜਿਹਾ ਬਾਲ ਜਿਹੜਾ ਨਾ ਖੜਨ ਗਿਆਮਾ ਗਿਆਮੀ ਕਰਕੇ ਨਾ ਦਾਵਣ ਦੀ ਬਿਲਕੁਲ ਤਿਆਰੀ ਹੈ ਚੰਨ। ਅਤੇ ਮੈਂ ਕਿਹਾ ਚਲੋ ਦੋਸਤਾਂ ਨੂੰ ਦਿਖਾਉਂਗੀ ਤੁਹਾਡੀ ਲੋਕੇਸ਼ਨ ਜਿਵੇਂ ਬਰੇਂਦੀਆਂ ਨਾਲ ਚਸ ਦਰੀ ਕਹਿੰਦੇ, ਗਰਮੀ ਬੜੀ ਹੈ, ਪਸੀਨਾ ਹੋਏ ਖੜੇ ਹੈ, ਭਾਵੇਂ ਥੋੜ੍ਹਾ ਜਿਹਾ ਠੱਡਾ ਟਾਈਮ ਜੋ ਕੀਤਾ ਸੀ, ਲੇਕਿਨ ਉਹੀ ਅਖੀਰ ਖੜੀ ਹੈ। ਵੀਵਰ ਹਸਨ ਨੂੰ ਮੈਂ ਆਖਿਆ ਵੰਨ ਪਿਛਿਕਾਰਾ ਹਮਾਦ ਆਖਿਆ ਮੈਂ ਕੀਤੀ ਵਾ ਤਾਂ ਹਸਨ ਕੋ ਖੜੋ ਅਤੇ ਉੱਥੇ ਕਰਵਾਈਏ, ਕਿਉਂਕਿ ਬਾਲ ਇਹਨਾਂ ਵਿੱਚ ਪਿਛੀ ਪੁਛੀ ਨਾ ਕਰੇ ਨਾ, ਦਾਦੇ ਪਏ ਕਿ ਉਹ ਨਾ ਗੰਦ ਨਾ ਕੀਤੀ ਖੜੇ ਹੋਏ ਨੇ। ਪਿਛਿਕਾਰ ਆਓ ਬਣ ਕੇ, ਚਲੋ ਕਰਕੇ ਵੱਲ ਆਓ, ਮਿੰਟ ਲਾ ਤੇ ਕਰਦੇ ਆਵੇ, ਇਹਦੇ ਵਿੱਚ ਨਹੀਂ ਕਰਨੀ। ਇਹ ਮੇਰੀ ਜਿਹੜੀ ਮਿੱਠੀ ਦੀ ਹੈ ਨਾ, ਇਹ ਆਦੀ ਵੀ ਮੈਂ ਬਿਲਕੁਲ ਮੈਨੂੰ ਕੋਈ ਟੈਨਸ਼ਨ ਵਾਲੀ ਗੱਲ ਕੋ ਨਹੀਂ। ਆਦੀ ਤੂੰ ਮੇਰਾ ਮਿੱਠਾ ਪਾ ਪੈ, ਮੈਂ ਚਲ ਮਿੱਠਾ ਪਾ ਪਾ ਨਾ, ਆਦੀ ਮਿੱਠਾ ਪਾ ਪੈ। ਚਲ ਹੁਣ ਦੱਸ ਕਰ ਮੇਰੇ ਵੀਵਰਾਂ ਨੂੰ, ਆਖ ਮੇਰਾ ਮਿੱਠਾ ਪਾ ਪੈ, ਮੇਰਾ ਮਿੱਠਾ ਪਾ ਪੈ, ਸਿੱਖ ਤੇ ਆਖ ਨਾ। ਉਹਨਾਂ ਨਾਲ ਸਾਡੇ ਚੈਨਲ ਨੂੰ ਲਾਈਕ ਵੀ ਕਰੋ ਅਤੇ ਸਬਸਕ੍ਰਾਈਬ ਵੀ ਕਰੋ, ਆਖ ਆਖ ਸਬਸਕ੍ਰਾਈਬ ਕਰੋ, ਕੁਝ ਨਹੀਂ ਹੁੰਦਾ ਆਖਦੇ ਆਖ, ਲਾਈਕ ਵੀ ਕਰੋ ਅਤੇ ਸਬਸਕ੍ਰਾਈਬ ਵੀ ਕਰੋ ਦੋਸਤ ਸਾਰੇ, ਹੈਂ ਆਖੇ ਸ਼ਰਮ ਕਰ ਗਈ ਹੈ ਬਾਈ ਮਾਸ਼ਾਅੱਲਾ ਨਾਲ। ਹਸਨ ਜੁੱਤੀ ਲਾ ਦੇ ਵਿੱਚ ਬੜਾ ਊਂ ਤੁਹਾਨੂੰ, ਚੱਲ ਮਿੰਟ ਲਾ, ਮੋਬਾਈਲ ਦੇ ਨੇੜੇ ਘੈਂ ਨਹੀਂ ਆਉਣਾ, ਮੋਬਾਈਲ ਜਿਹੜਾ ਨਾ ਵੱਲ ਪਾਣੀ 'ਚ ਪੈਂਦਾ ਸੀ ਵੀ ਹੈ ਅੱਗੇ ਇੱਕ ਜਿਹੜਾ ਇਹਨਾਂ ਨੂੰ ਹੋ ਗਈਏ ਵੀ ਵਾਰ, ਹੁਣ ਵਿੱਚ ਵੜਦੇ ਪੈ ਤੇਰੀ ਚਸ ਚ, ਇਹਨੇ ਗਰਮੀ ਬੜੀ ਹੈ, ਖਾਣ ਨਹੀਂ ਸਕਦੇ। ਕਈ ਵਾਰ ਆ ਦੀਏ ਪਾਪਾ ਪੌਣੀਆਂ ਲਾ ਆਵੇ, ਹੁਣ ਵਿੱਚ ਵੜ ਗਿਆ, ਹੁਣ ਤੇਰੀ ਸਕੂਨ ਆਇਆ ਮੱਸੇ, ਅੱਜ ਸਾਡੇ ਹਾਲਾਤ ਬੜੇ ਪਤਲੇ ਹੋਏ ਹਨ। ਹਾਲੀ ਸਾਡਾ ਪਾਣੀ ਨਿਕਲਦਾ ਪੀਏ, ਯਾਨੀ ਕਿ ਕਾਫੀ ਜ਼ਿਆਦਾ ਦਹਿ ਆਉਂਦਾ ਪੀ ਤੂੰ, ਕਿਉਂਕਿ ਨਾ ਅਸਾਂ ਇੱਕ ਜੋੜ ਕੇ ਬੰਦ ਨਹੀਂ ਸੀ ਕੀਤਾ, ਆਲਸ ਕਰ ਗਏ ਥੋੜ੍ਹਾ ਜਿਹਾ, ਅਤੇ ਉਸ ਵਜ੍ਹਾ ਕਰਕੇ ਨਾ ਦਹਿ ਆਉਂਦਾ ਪੀਏ, ਅਗਰ ਅਸਾਂ ਕੋਈ ਜੋੜ ਕੇ ਬੰਦ ਕਰੂੰਗਾ ਤਾਂ ਵੱਲ ਨੇੜੇ ਲੱਗ ਗਈ ਹੋਵੇ, ਮਲਿਕ ਸ਼ਾਨ ਸਾਹਿਬ ਆ ਗਏ ਅਤੇ ਮਲਿਕ ਜ਼ੈਨ ਅਤੇ ਮਲਿਕ ਅਵੈਸ ਆਏ ਨਾ ਪਿੱਛਾ,
ਆ ਗਏ ਪੱਟੀ ਕਰਾਇਆ ਨੀ ਕਿਆ ਕਰਾਇਆ ਤਿੰਨ ਚਾਰ ਲਵਾਈ ਨੇ ਪੱਟੀ ਛੱਟੀ ਕੋਈ ਨੀ ਕਰਾਇਆ ਪੱਟੀ ਕਰਾਇਆ ਜਾ ਛੜਾਈ ਮੈਂ ਖਾਤਾ ਚਲਵਾਏ ਅੱਗਾ ਠੀਕ ਹੈ ਗੱਲ ਕਰਕੇ ਸ਼ਾਹ ਆਈਵੇਂ ਠੀਕ ਹੋਇਆ ਸੀ ਅੱਛਾ ਚਲੋ ਵੀ ਵਾਰ ਅੱਲਾ ਨੇ ਕਰਮ ਕੀਤਾ ਉਹਨੂੰ ਖਾੜ ਤਾਂ ਢੇਰ ਸਾਰੀ ਲੱਗ ਗਈ ਹੈ ਲੇਕਿਨ ਅੱਲਾ ਮਿਹਰਬਾਨੀ ਕਰ ਦਿੱਤੀ ਉਹਨੂੰ ਚੋਰ ਪੈ ਗਿਆ ਢੇਰ ਸਾਰਾ ਤੁਹਾਨੂੰ ਦਿਖਾ ਨਾ ਸਕਦੇ ਕੌਣ ਤਾਂ ਪਤਾ ਵਾਲਾ ਮਸਲਾ ਆ ਜਾਂਦਾ ਢੇਰ ਸਾਰਾ ਉਸ ਵਜ੍ਹਾ ਕਰਕੇ ਆਹੋ ਸਹੀ ਮਿਲੇ ਜੀ ਹੁਣ ਯਾਰ ਇੱਕ ਸਹੀ ਤਰੀਕੇ ਨਾਲ ਨਹੀਂ ਬੰਦ ਕਰ ਦਿੰਦੇ ਮੇਰਾ ਅੱਜ ਦਿਲ ਮੰਗ ਹੀ ਪਈ ਹੈ ਦਾਵਣ ਨੂੰ ਤਾਂ ਤੁਸੀਂ ਤਾਂ ਜਿਹੜਾ ਨਾ ਪੁੱਜੂ ਜ਼ਿੰਮੇਦਾਰੀ ਦਿਖਾਈ ਖੜੇ ਹੋਏ ਪਾਣੀ ਨਿਕਲਦਾ ਪਈ ਹੈ ਇੱਕ ਸਹੀ ਤਰੀਕੇ ਨਾਲ ਬੰਦ ਕਰੋ ਮਿਲੇ ਜੀ ਵੱਲ ਤੁਹਾਨੂੰ ਸ਼ੁਗਲ ਦੀ ਕਹਿਸੂ ਮਲੇ ਕਸਨ ਦਾ ਜਿਹੜੇ ਪਾਣੀ ਆ ਸੀ ਨਾ ਉੱਤੇ ਵੱਲ ਮਲੇ ਕਸਨ ਦੇ ਪੇਰ ਵੈਂਦੇ ਨੇ ਤਲੂ ਨਿਕਲ ਆ ਜੋ ਸ਼ੁਗਲ ਦੀ ਕਹਿਸੂ ਤੁਹਾਨੂੰ ਹੁਣ ਵੀਡੀਓ ਤੋਂ ਸਟਾਪ ਕਰੇ ਨੇ ਪੈ ਸੰਗ ਵੀਵਰ ਬੰਦੇ ਵਿਆਹ ਵੀ ਡੇ ਸਾਰੇ ਇਕੱਠੇ ਹੋ ਗਏ ਦਾਵਣ ਵਾਲੇ ਵੀਵਰ ਪਾਪ ਹੋਰ ਸਾਰਾ ਖਾਡਾ ਵੇਲਾ ਕਰਾ ਦੀ ਤੇ ਕਿਉਂਕਿ ਨਾ ਬਾਲ ਸਾਰੇ ਅੰਦਰ ਦਾਂਦੇ ਖੜੋਤੇ ਹਨ ਤੇ ਹਸਨ ਨਾ ਵੇ ਡੁੱਬ ਗਿਆ ਡੁੱਬਣ ਤੋਂ ਬਾਅਦ ਇਹ ਬੈਠਾ ਹਸਨ ਨੂੰ ਬਹੁ ਉਲਟੀਆਂ ਸੁਲਟੀਆਂ ਆਈਆਂ ਸੀ ਪਾਣੀ ਅੰਦਰ ਚਲਾ ਗਿਆ ਬਸ ਅੱਲਾ ਬਚਾ ਲਿਆ ਹਸਨ ਨਾ ਵਿੱਚ ਖੜਾ ਹੀ ਨਾ ਥਾਂਦਾ ਮੈਂ ਅਵੈਸ ਨਾਲ ਗਾਲੀ ਖੜਾ ਕਰੇ ਨਾ ਮੀ ਉਹ ਜ਼ੈਨ ਆਦਾ ਖੜਾ ਹੀ ਮੈਂ ਨਾ ਥਾਵਣ ਵਾਸਤੇ ਦੁਬਾਰਾ ਬੂ ਆਉਣਾ ਚਾਹਨਾ ਮੈਂ ਕਿ ਅੱਗੇ ਤੈਨੂੰ ਸੱਟ ਲੱਗ ਗਈ ਤੂੰ ਮਿਹਰਬਾਨੀ ਕਰ ਉਹ ਇਸੇ ਗੱਲ ਤੇ ਅਸਾਂ ਥੋੜੀ ਜਿਹੀ ਕਸ਼ਮਕਸ਼ ਕਰਿੰਦੇ ਖੜਿਆ ਸੀ ਮੈਂ ਤਵੱਜੋ ਦਿੱਤੀ ਹੈ ਥੋੜੀ ਜਿਹੀ ਘੱਟ ਹਸਨ ਤੇ ਉਹ ਹਸਨ ਦੇ ਉੱਤੋਂ ਜਿਹੜੇ ਲੈ ਪਾਣੀ ਦਰੀ ਦਿਆਦ ਹੋਇਆ ਨਾ ਇੱਥੋਂ ਤੋਣੀ ਹਸਨ ਭਰਾਂਗੀ ਉਡੂ ਦਰੀ ਸਾਈਡ ਨੇ ਝਿੱਕੀ ਉਸ ਵਜ੍ਹਾ ਕਰਕੇ ਨਾ ਹਸਨ ਡੁੱਬ ਗਈ ਉਹਦੇ ਪੇਰ ਤਲੋਂ ਜ਼ਮੀਨ ਤੋਂ ਨਿਕਲ ਗਏ ਉਹ ਜਿਹੜੇ ਲੈ ਮੈਂ ਡਿੱਠੇ ਨਾ ਹਸਨ ਨੂੰ ਤਾਂ ਤਰਾ ਖੜਾ ਆਈ ਹਸਨ ਡੇ ਸਾਰਾ ਤੇ ਉਸ ਵੇਲੇ ਜਿਹੜਾ ਮੈਂ ਭੱਜ ਕੇ ਵੇ ਜੰਪ ਮਾਰਿਆ ਤੇ ਹਸਨ ਕੁਛ ਆਇਆ ਤੇ ਇਹ ਹਸਨ ਦਾ ਨਾ ਜਿਹੜਾ ਨਾ ਉਲਟੀਆਂ ਜਿਹੜੇ ਪਾਣੀ ਅੰਦਰੋਂ ਨਿਕਲਿਆ ਨਾ ਵੀ ਖਾਣਾ ਹੁਣੇ ਖਾ ਤੇ ਆਇਆ ਥੋੜੀ ਦੇਰ ਪਹਿਲੇ ਤੇ ਉਹ ਪਾਣੀ ਜਿਹੜਾ ਨਾ ਉੱਥੇ ਡੁੱਬਾ ਖੜਾ ਉਸ ਜਾ ਤੇ ਜਿਵੇਂ ਮੈਂ ਜੰਪ ਮਾਰ ਕੇ ਗਈਆਂ ਨਾ ਮੈਂ ਹਸਨ ਕੁਛ ਆਇਆ ਤੇ ਐਨ ਸਾਰਾ ਜਿਹੜਾ ਨਾ ਵਿੱਚ ਉਹਨੂੰ ਵੱਲ ਮੈਂ ਮੂੰਹ ਦੱਸੀ ਤੇ ਉਹਨੂੰ ਗੱਲ ਨਾਲ ਲੈ ਤੇ ਮੈਂ ਵੀ ਮੈਂ ਰੋਣ ਪੈ ਗਈਆਂ ਸਾਰਾ ਦੇਖ ਸਕਦੇ ਮੇਰੀ ਨਾ ਸਾਰੀ ਹੁੰਦੀ ਉਹ ਪਾਣੀ ਨਾਲ ਜਿਵੇਂ ਜਿਵੇਂ ਉਹ ਕੋਈ ਚੀਜ਼ ਵਗੈਰਾ ਖਾਧੀ ਵਧਾ ਨਿੰਮ ਕੋਈ ਉਹ ਸਾਰਾ ਬਾਹਰ ਨਿਕਲ ਆਇਆ ਤੇ ਅੱਲਾ ਪਾਕ ਨੇ ਨਾ ਜਿਹੜਾ ਨਾ ਮੇਰਾ ਪੁੱਤਰ ਅੱਜ ਮੈਨੂੰ ਇਹ ਵਲਾ ਦਿੱਤਾ ਅੱਗੇ ਮੇਰਾ ਜ਼ਹਿਨ ਡੱਠਾ ਹੀ ਛੋਟਾ ਜਿਹਾ ਅੱਜ ਮੇਰਾ ਹਸਨ ਮੇਰੇ ਹੱਥੋਂ ਵਹਿੰਦਾ ਪਿਆ ਆਏ ਤੇ ਅੱਲਾ ਪਾਕ ਨੇ ਨਾ ਮੇਰੇ 'ਤੇ ਮਿਹਰਬਾਨੀ ਕਰ ਦਿੱਤੀ ਹੈ ਬਹੁਤ ਜ਼ਿਆਦਾ ਅਤੇ ਅਵੈਸ ਵਨ ਸ਼ੈ ਲਿਆ ਪਹਿਲੇ ਨੰਬਰ 'ਤੇ ਨਾ ਕੋਈ 500 ਦੀ ਸ਼ੈ ਲੈ ਕੇ ਨਾ ਅਤੇ ਕੈਮ ਉਦਰਸੇ ਦੇ ਵਿੱਚ ਦੇ ਕੇ ਨਾ ਉਹ ਵੰਡਵਾ ਬਾਲਾਂ ਦੇ ਵਿੱਚ ਆਪਣੇ ਹੱਥ ਨਾਲ ਹੈ ਪਹਿਲਾ ਕੰਮ ਮੇਰਾ ਪੁੱਤਰ ਹੀ ਹੋ ਕਰ ਉਹ ਹੀ ਦਿਖਾ ਮੇਰੇ ਵੀਰਾਂ ਨੂੰ ਅੱਲਾ ਪਾਕ ਨੇ ਨਾ ਬੜਾ ਕਰਮ ਕੀਤਾ ਪ੍ਰੋਗਰਾਮ ਇੱਥਾਂ ਹੀ ਕੈਂਸਲ ਕਰੇ ਨੇ ਪੈਂ ਦਾਵਣ ਦਾ ਨਹੀਂ ਸਿੱਧਾਂ ਦੇ ਸਾਰਾ ਪ੍ਰੋਗਰਾਮ ਆਫ ਹੋ ਗਿਆ ਸਾਡਾ ਬਸ ਅਸੀਂ ਪਾਣੀ ਵਹਿਣ ਪਾਣੀ ਵਾਹਣ ਤੋਂ ਬਾਅਦ ਬਈ ਖਾਦਾ ਖੁੱਲੇਂਦੇ ਪਏ ਕਿਉਂਕਿ ਨਾ ਅੱਜ ਨਹੀਂ ਦਿਲ ਘਬਰਾ ਗਈ ਪਤਾ ਨਹੀਂ ਯਕਦਮ ਕੀ ਹੋ ਗਈ ਅੱਗੇ ਜ਼ਹਿਨ ਕੋਈ ਸੱਟ ਲੱਗ ਪਈ ਸ਼ੁਰੂਆਤ ਏ ਉਸ ਤੋਂ ਬਾਅਦ ਹਸਨ ਨਾਲ ਇਹ ਕੰਮ ਹੋ ਗਈ ਹੈ ਵੀਰ ਮੈਂ ਨਾ ਖਾਦਾ ਖੁੱਲੇਂਦਾ ਨਹੀਂ ਤੁਹਾਡੇ ਸਾਹਮਣੇ ਕਿਉਂਕਿ ਨਾ ਉਸ ਕੰਮ ਦਾ ਫਾਇਦਾ ਹੀ ਕੌਣ ਹੈ ਜਿਹੜੇ ਛੋਟੇ ਛੋਟੇ ਬਾਲ ਜਿਹੜੇ ਘਰ ਦੇ ਵਿੱਚ ਹੋਏ ਨਾ ਅੱਜ ਵੱਲ ਮੈਨੂੰ ਨਸੀਹਤ ਮਿਲੀ ਹੈ ਅਗਰ ਮੇਰੀ ਤਵੱਜੋ ਹੋਇਆ ਨਾ ਇਹ ਕੰਮ ਲਾਈ ਆਉਂਦਾ ਇਹ ਮੈਂ ਖੋਲ ਲਿੱਤਾ ਕਿਉਂਕਿ ਨਾ ਬਾਲਾਂ ਤੋਂ ਉੱਤੇ ਕੀ ਸ਼ੈ ਕੋ ਨਹੀਂ ਉਹ ਮੇਰਾ ਸ਼ੇਰ ਖੜਾ ਸਾਹਮਣੇ ਮੇਰਾ ਸ਼ੇਰ ਬਚ ਗਏ ਮੈਂ ਉਸ ਵੇਲੇ ਤੁਹਾਨੂੰ ਦਿਖਾਵਾਂ ਨਾ ਸ਼ਾਇਦ ਤੁਸੀਂ ਤੁਹਾਡੇ ਹੱਥੋਂ ਪੇਰੋ ਹੀ ਛੁੱਟ ਪੈਜੂਗਾ ਜਿਹੜੇ ਇਹਦੇ ਨਾਲ ਇਹ ਵਕੂਆ ਬਣਿਆ ਵੀਵਰ ਪਹੁੰਚੇ ਸਾਰਾ ਪ੍ਰੋਗਰਾਮ ਛੋੜ ਕੇ ਨਾ ਦੁਕਾਨ 'ਤੇ ਇੱਥੋਂ ਸ਼ੈ ਲੈਣੇ ਆ ਉਸਤਾਦ ਸਾਹਿਬ ਕੋਲੋਂ ਬਾਬਾ ਖਾਤਮ ਕੀ ਹਾਲ ਹੈ ਉਸਤਾਦ ਜੀ ਕੀ ਹਾਲ ਹੈ ਅੱਜ ਤੈਨੂੰ ਯੂਟਿਊਬ 'ਤੇ ਰਹਿੰਦਾ ਵੀਆਂ ਵੱਲ ਦੇਖ ਲੈ ਵਕਤਾਂ ਵਾਲਾ ਬੰਦਾ ਮੈਂ 500 ਦੀ ਸਾਜੀ ਸ਼ਹਿਰ ਦੇ ਉਹ ਰਲੀ ਮਿਲੀ ਸ਼ਹਿਰ ਦੀ ਵੈ ਤਾਂ ਕਿਵੇਂ ਰਹਿੰਦੇ ਪਏ ਵੇ ਵੰਡਣ ਵਾਸਤੇ ਲਵਣੀ ਇਹ ਨਾ ਕਿਹਾ ਵੀ ਗਾਲ ਖਵਾਉਣੀ ਬਾਲਾਂ ਨੂੰ ਅੱਲਾ ਦੇ ਨਾਂ ਦੀ ਪੈਣੀ ਤੁਹਾਡਾ ਹੀ ਸਹੀ ਵਿੱਚ ਹੋਵੇ ਹਾਂ ਚੱਲ ਯਾਰ ਲੈ ਦੇ ਪੈਸੇ
ਸਾਰੀ ਨਾ ਮੇਰੀ ਸੋਹਣੀ ਕਰ ਕੇ ਬਣਾ ਕੇ ਰੱਬ ਖਾ ਤੇ ਮੂੰਹ ਤੇਰੀ ਟਾਫੀਆਂ ਖਾਣ ਦੀ ਉਮਰ ਏ ਓ ਮਨ ਮਾਰ ਕੇ ਤੇ ਅੱਛਾ ਪਿਆਰ ਕਰੇ ਯਾਰ ਇਹ ਬਸ ਕੋਈ ਚੈਨਲ ਬਣਾਇਆ ਹੈ ਉਸ ਵਜ੍ਹਾ ਕਰਕੇ ਉਹਦੀ ਵੀਡੀਓ ਬਣਾਉਂਦੇ ਬੰਦੇ ਲੈ ਯਾਰ ਜਲਦੀ ਕਰ ਸ਼ਾਹ ਜੀ ਕੀ ਹਾਲ ਹੈ ਠੀਕ ਹੋ ਇੱਥੋਂ ਸ਼ੁਰੂ ਕਰ ਦੋ ਖੈਰ ਇਹ ਦਿਓ ਬਾਬੇ ਖਾਦੇ ਮੋਰਾਂ ਨੂੰ ਬਾਹਰ ਨੂੰ ਦਿਓ ਰਲਾ ਲਵੇ ਰਲਾ ਲਵੇ ਹੈ ਤੇਰੀ ਉੱਤੇ ਤਲੇ ਕਰ ਲੈ ਚੱਲ ਮਸਜਿਦ ਡੇ ਕੇ ਨਾ ਆਵਣ ਦੀ ਕਰ ਉਸਤਾਦ ਨੂੰ ਡੇ ਕੇ ਆ ਕਈ ਵਾਰ ਬਾਕੀ ਨਾ ਵੰਡ ਲਈ ਆਈ ਮੈਂ ਕਿਹਾ ਬਾਕੀ ਮਦਰਸੇ ਦੇ ਬਾਲ ਪੜਦੇ ਬੈਠੇ ਮਸਜਿਦ ਦੇ ਮੈਂ ਕਿਹਾ ਉਹਦੇ ਡੇ ਆ ਮਸਜਿਦ ਦੇ ਬਾਲਾਂ ਕੋ ਚਲੋ ਸਵਾਬ ਹੋਵੇ ਸੀ ਬਾਲਾਂ ਨੂੰ ਮੈਂ ਕਿਹਾ ਉਦੋਂ ਆਪੇ ਉਸਤਾਦ ਵੰਡ ਛੁੜੇ ਸੀ ਜਿਹੜੇ ਨਾ ਕੋਸਾਂ ਦਿੱਤੀ ਡੇ ਲਈ ਮਲਿਕ ਸਾਹਿਬ ਆਪਣਾ ਹਿੱਸਾ ਘੜ ਲਿਆ ਇਹ ਦੇਖ ਲਓ ਭਾਈ ਇਹ ਦੁਆਰੇ ਵਾਲਾ ਬੈਠਾ ਇਹ ਮੇਰਾ ਸ਼ੇਰ ਹੈ ਜਿਹਨੂੰ ਅੱਲਾ ਨੇ ਨਵਾਜ ਵਾਲਾ ਆ ਦਿੱਤਾ ਮਲੇ ਸਾਹਿਬ ਸਾਇਆ ਜਮ੍ਹਾਂ ਕਰਾ ਕੇ ਨਾ ਉਸਤਾਦ ਨੂੰ ਆਉਂਦੇ ਪੈਣ ਪਿੱਛਾਂ ਅੱਲਾ ਪਾਕ ਕਬੂਲ ਕਰੇ ਬਸ ਵੀਵਰ ਪਹੁੰਚ ਆਇਆ ਆਪਣੇ ਘਰ ਅਵੈਸ ਤੇ ਮੈਂ ਉੱਥੇ ਛੱਤ ਤੇ ਬੈਠਿਆ ਸੀ ਅਤੇ ਮੈਂ ਕਿਹਾ ਦੋਸਤਾਂ ਨੂੰ ਦੱਸੂ ਵੀ ਸਹੀ ਬਈ ਸਾਡੇ ਨਾਲ ਜਿਹੜੀ ਅੱਜ ਪਰੇਸ਼ਾਨੀ ਬਣੀ ਡੇ ਸਾਰੀ ਅੱਜ ਜਿਹੜਾ ਨਾ ਜ਼ਹਿਨ ਕੁ ਜਿਵੇਂ ਸੱਟ ਲੱਗੀ ਖਾਰੇ ਦੇ ਵਿੱਚ ਖੜਾਈ ਅਤੇ ਮੱਥਾ ਪੜੀ ਗਈ ਹੁੰਦਾ ਅਤੇ ਉਸ ਤੋਂ ਬਾਅਦ ਹਸਨ ਖੜਾਈ ਦਾਂ ਦਾ ਪਾਣੀ ਇਤਨਾ ਉੱਚਾ ਕੌਣ ਆਏ ਉਸਲੇ ਮੈਂ ਇਵੇਂ ਗੱਲ ਕਰਨ ਪੈ ਗਈ ਹਾਂ ਬਾਲਾਂ ਦੇ ਨਾਲ ਥੋੜ੍ਹੀ ਜਿਹੀ ਮੇਰੀ ਤਵੱਜੋ ਹਟੀ ਹੈ ਅਤੇ ਜ਼ਹਿਨ ਜਿਹੜਾ ਨਾ ਜ਼ਹਿਨ ਆ ਸੋਰੀ ਹਸਨ ਉਸ ਤੋਂ ਬਾਅਦ ਜਿਹੜਾ ਨਾ ਹਸਨ ਉਹ ਤਾਂ ਬੁੱਢਾ ਖੜਾਈ ਬਿਲਕੁਲ ਖਾਦੇ ਦੇ ਵਿੱਚ ਜਿਵੇਂ 13-14 ਖੜਾਈ ਅਤੇ ਮੈਂ ਯਕਦਮ ਜਿਵੇਂ ਜੰਪ ਮਾਰਿਆ ਨਾ ਮੈਂ ਉਹਨੂੰ ਚਾਹੇ ਅਤੇ ਉਹ ਤਾਂ ਮੈਨੂੰ ਪਤਾ ਲੱਗਦਾ ਸ਼ਾਹ ਆਈ ਕੋ ਨਹੀਂ ਉੱਤੋਂ ਖੈਰ ਮੈਂ ਜਿਹੜਾ ਨਾ ਜਿਵੇਂ ਮੇਰੇ ਕੋਲ ਅੱਲਾ ਪਾਕ ਨੇ ਕੋਸ਼ਿਸ਼ ਕਰਵਾਈ ਉਸ ਉਹ ਕੀਤੀ ਹੈ ਉਹਨੂੰ ਉਲਟੀਆਂ ਪਾਣੀ ਇਹ ਉਹ ਸਾਰਾ ਕੁਝ ਨਿਕਲਿਆ ਅਤੇ ਅੱਲਾ ਪਾਕ ਨੇ ਉਹਨੂੰ ਯਾਨੀ ਕਿ ਹਰਕਤ ਉਹਦੇ 'ਚ ਪਾ ਦਿੱਤੀ ਹੈ ਅਤੇ ਅੱਲਾ ਨੇ ਪਾਕ ਨੇ ਬੜਾ ਮੇਰੇ 'ਤੇ ਅੱਜ ਕਰਮ ਕੀਤਾ ਬੜਾ ਕਰਮ ਕੀਤਾ ਜਿਤਨੀ ਮੈਂ ਪਰੇਸ਼ਾਨੀ ਅੱਲਾ ਪਾਕ ਨੇ ਅੱਜ ਮੇਰੇ ਨਸੀਬ 'ਤੇ ਲਿਖੀ ਹੈ ਉਹ ਤਾਂ ਮੈਨੂੰ ਮਿਲੀ ਹੈ ਲੇਕਿਨ ਅੱਲਾ ਪਾਕ ਨੇ ਮੇਰੇ 'ਤੇ ਕਰਮ ਹੀ ਰਾਜ 'ਤੇ ਕੀਤਾ ਮੈਨੂੰ ਖੁਸ਼ੀ ਇਸ ਗੱਲ ਦੀ ਅੱਲਾ ਪਾਕ ਮੇਰੇ 'ਤੇ ਕਈ ਮੇਰੀ ਚੰਗਾਈ ਆਈ ਮੇਰੇ 'ਤੇ ਕੋਈ ਵੱਡੀ ਮੇਰੇ 'ਤੇ ਮਿਹਰਬਾਨੀ ਕਰ ਦਿੱਤੀ ਹੈ ਕਿ ਅੱਲਾ ਪਾਕ ਮੈਨੂੰ ਇਸ ਵੱਡੀ ਮੁਸੀਬਤ ਤੋਂ ਬਚਾਉਣ ਤੋਂ ਬਾਅਦ ਤੁਸੀਂ ਮੈਨੂੰ ਛੋਟਾ ਜਿਹਾ ਉਸਨੇ ਦਿਖਾ ਦਿੱਤਾ ਅਤੇ ਵੀ ਮੈਂ ਦੇਖ ਲੈ ਤੈਨੂੰ ਤੂੰ ਖਿਲਦਾ ਹੱਸਦਾ ਵਾ ਆਪਣੇ ਬਾਲਾਂ ਦੇ ਨਾਲ ਸਾਰਾ ਕੁਝ ਕਰਿੰਦਾ ਵਾ ਤੈਂ ਕਿ ਇੱਕ ਮਿੰਟ ਦੇ ਵਿੱਚ ਮੈਂ ਕੀ ਕਰ ਸਕਦਾ ਮੈਨੂੰ ਅੱਜ ਮਹਿਸੂਸ ਹੋਇਆ ਵਾ ਕਿਉਂਕਿ ਨਾ ਬੰਦਾ ਭੁੱਲਾ ਵਾ ਤਾਉਂਦਾ ਅੱਲਾ ਨੂੰ ਹਰ ਟਾਈਮ ਯਾਦ ਕਰਨਾ ਚਾਹੀਦਾ ਅਤੇ ਤੋਹਫਾ ਤੈਅ ਹੋਣਾ ਚਾਹੀਦਾ ਮੈਂ ਅੱਜ ਵਾਲੇ ਵਲੌਗ ਦਾ ਦੋਸਤਾਂ ਕੋਲ ਥਾਈਂ ਐਂਡ ਕਰੇ ਸਾਂ ਇਜਾਜ਼ਤ ਲੈ ਸਾਂ ਅੱਲਾ ਹਾਫਿਸ ਮੇਰੇ ਚੈਨਲ ਨੂੰ ਲਾਈਕ ਵੀ ਕਰ ਲਓ ਅਤੇ ਸਬਸਕ੍ਰਾਈਬ ਵੀ ਕੋਈ ਬੰਦਾ ਮੇਰੇ 'ਤੇ ਨਾਰਾਜ਼ ਹੋਵੇ ਤਾਂ ਮੈਂ ਤੁਹਾਡੇ ਕੋਲੋਂ ਮਾਜ਼ਰਤ ਕਰੇ ਸਾਂ ਅੱਲਾ ਹਾਫਿਜ਼